ਡਾਕਟਰ ਨਵਜੋਤ ਕੌਰ ਸਿੱਧੂ ਵਿਧਾਨ ਸਭਾ ਹਲਕਾ ਪੂਰਬੀ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਹਲਕੇ ਦੇ ਲੋਕਾਂ ਨੂੰ ਡਿਟੇਲ ਦੇ ਵਿੱਚ ਦੱਸ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਦੀ ਜਿੱਤ ਦੇ ਨਾਲ ਕੀ ਫਾਇਦਾ ਹੋਏਗਾ ਡਾਕਟਰ ਨਵਜੋਤ ਕੋਰ ਸਿੱਧੂ ਸਾਡੇ ਨਾਲ ਨੇ ਤੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜਿਹੜੇ ਤੁਹਾਡੇ ਪਰਿਵਾਰ ਦੇ ਉੱਪਰ ਇੱਕ ਇਲਜ਼ਾਮ ਲੱਗ ਜਾਂਦਾ ਕਿ ਆਈਐਸਆਈ ਦੇ এজੰਟ ਨੇ ਪਾਕਿਸਤਾਨ ਦੇ ਨਾਲ ਜਿਹੜੇ ਰਿਲੇਸ਼ਨ ਨੇ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਚਾਹੁੰਦੇ ਹੀ ਨਹੀਂ ਨਾ ਕੋਈ ਵੀ ਵੀ ਪੰਜਾਬ ਪ੍ਰੋਸਪਰ ਕਰੇ ਉਹ ਚਾਹੁੰਦੇ ਆ ਆ ਸਾਡੀ ਜਿਹੜੀ ਆ ਹੈਗੀ ਆ ਵੀਰ ਸਸਤੀ ਗੈਸ ਸਸਤੀ ਮੁਫਤ ਦੇ ਜਿਵੇਂ ਅਸੀਂ ਉਹ ਹੁੰਨੇ ਆ ਨਾ ਭਿਖਾਰੀ ਵੀ ਅਸੀਂ ਭੀਖ ਦੀ ਆ ਇੱਕ ਗੈਸ ਸਿਲੰਡਰ ਦੇ ਦੋ ਸਾਨੂੰ ਇੱਕ ਸਾਨੂੰ ਆਟਾ ਦਾਲ ਦੇ ਦੋ ਤੇ ਅਸੀਂ ਬਸ ਖੁਸ਼ ਹੋ ਜਾਈਏ ਕਿਸੇ ਨੇ ਨੌਕਰੀ ਦੀ ਗੱਲ ਕੀਤੀ 15 ਸਾਲ ਹੋ ਗਏ 25 ਸਾਲ ਹੋ ਗਏ 15 ਵੀ ਕਾਨੂੰ ਉਹੀ ਕੈਪਟਨ ਉਹੀ ਮਜੀਠਿਆ ਉਹੀ ਇਕੱਠੇ ਨਾ ਉਹਨੂੰ ਪੜੇ ਅੱਛਾ ਕੋਹ ਨੂੰ ਕਹਿੰਦੇ ਆ ਕਿ ਮੈਨੂੰ ਪਤਾ ਸੀ ਉਹ ਇਹ ਕਰਦਾ ਹੈ ਉਹ ਇਹ ਕਰਦਾ ਹੈ ਜੇ ਤੁਹਾਨੂੰ ਪਤਾ ਸੀ ਤੁਸੀਂ ਫੜੇ ਕਿਉਂ ਨਹੀਂ ਤੁਸੀਂ ਉਹਨਾਂ ਨੂੰ ਗਲਤ ਕੰਮ ਕਰਨ ਦਿੱਤੇ ਇਹਦਾ ਮਤਲਬ ਤੁਹਾਨੂੰ ਫੜਨਾ ਚਾਹੀਦਾ ਪਹਿਲਾਂ ਵੀ ਜੇ ਤੁਹਾਨੂੰ ਪਹਿਲਾਂ ਪਤਾ ਸੀ ਤੁਸੀਂ ਹੁਣ ਬੋਲ ਰਹੇ ਹੋ ਡਰਨ ਵੇਲੇ ਜਦੋਂ ਲੇਖਣਾ ਆ ਜਾਂਦੀ ਹੈ ਉਹ ਤਾਂ ਡਰਨ ਲਈ ਲੋਕਾਂ ਨੂੰ ਕਹਿ ਦਿੰਦੇ ਆ ਤੂੰ ਇਹ ਕੰਮ ਕਰਦਾ ਸੀ ਇਹ ਕੰਮ ਕਰਦਾ ਸੀ ਜਦੋਂ ਪਤਾ ਲੱਗਿਆ ਉਹ ਤਾਂ ਫੜ ਕੇ ਅੰਦਰ ਕਿਉਂ ਨਹੀਂ ਕੀਤਾ ਤਾਂ ਕਿ ਅੱਗੇ ਤੋਂ ਕੰਮ ਮਾਰੇ ਬੰਦ ਹੁੰਦੇ ਆਪਾਂ ਨੂੰ 1000 ਰੁਪਏ ਦਾ ਰੇਤਾ ਮਿਲਦਾ ਹੈ ਨਾ ਨੰਨੇ ਬਟ ਜਿਹੜੇ ਕਹਿ ਰਹੇ ਨੇ ਕਿ ਪਾਕਿਸਤਾਨ ਦੇ ਨਾਲ ਤੁਹਾਡੇ ਸਬੰਧ ਨੇ ਤੁਸੀਂ ਐਕਚੁਅਲੀ ਸੋਚ ਕੀ ਰੱਖਦੇ ਜੀ ਟਰੇਡ ਬਾਰੇ ਗੱਲ ਹੈ ਤੁਸੀਂ ਸਿੱਧੂ ਸਾਫ ਕਰਦੇ ਸੀ ਕਿ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਟਰੇਡ ਆ ਉਹਦਾ ਬੈਨੀਫਿਟ ਮਿਲਦਾ ਦਾ ਜੇ ਕ੍ਰੋਸ ਬਾਰਡਰ ਤੇ ਉਲਟਾ ਇਸ ਬਾਰੇ ਤੁਸੀਂ ਆਪਣੀ ਤਾਂ ਕੀ ਦੇ ਇਸ ਬਾਰੇ ਕਹਿੰਦੇ ਹੋ ਅਸ ਬਾਰੇ ਵਿਚਾਰ ਆਦੇ ਬਟ ਇਲਜ਼ਾਮ ਤੁਹਾਨੂੰ ਹੋਰ ਚੱਲਣੇ ਪੈ ਜਾਂਦੇ ਨੇ ਦੇਖੋ ਨਾ ਨੂੰ ਮੈਂ ਤਾਂ ਕਹਿ ਰਿਹਾ ਚਾਹੁੰਦੇ ਆ ਵੀ ਪੰਜਾਬ ਔਰ ਵੇ ਕਰਾਚੀ ਦਾ ਬਾਰਡਰ ਖੁੱਲਾ ਹੈ ਓਏ ਹੀਰੋਇਨ ਇਹਨਾਂ ਦੀ ਪੂਰੀ ਆ ਰਹੀ ਹੈ ਟੈਰਰਿਸਟੇ ਰੋਕ ਨਹੀਂ ਪਾਏ ਤੇ ਮੇਰੇ ਆਲੂ ਸੇਬ ਤੇ ਫਲਾਨਾ ਜਾਂ ਸੋਇਆ ਦਿੱਤੇ ਉਹਦੀੋ ਤਕਲੀਫ ਹੈ ਵੀ ਸਾਡਾ ਬੰਦਾ ਕੰਮ ਕਰੇ ਉਹਨੇ ਬਾਰਡਰ ਤੇ ਉਹਨੂੰ ਸਕੈਨ ਕਰੋ ਤੁਹਾਡੇ ਕੋਲ ਸਕੈਨਰ ਮਸ਼ੀਨਾਂ ਲੱਗੀਆਂ ਟਮਾਟਰ ਦੇਣਾ ਉਹਨੂੰ ਸਕੈਨ ਕਰਕੇ ਭੇਜ ਦੋ ਦੇ ਵਿੱਚ ਪਤਾ ਚੱਲ ਜੂ ਕੀ ਹੈ ਸਕੈਨਰ ਤਾਂ 에ਰਪੋਰਟ ਤੇ ਵੀ ਹੁੰਦੇ ਆ ਤੇ ਇਹ ਚੀਜ਼ਾਂ ਸਕੈਨ ਕਰਕੇ ਕਿਉਂ ਨਹੀਂ ਤੁਸੀਂ ਟ੍ਰੇਡ ਕਰਦੇ 35 ਕੰਟਰੀਆਂ ਪਹੁੰਚਦੇ ਆ ਤੁਹਾਨੂੰ ਪਤਾ ਹੈ ਜੀ ਬਾਰਡਰ ਖੋਲਦੇ ਆ ਅਸੀਂ ਬਾਹਰ ਰੋਡ ਲੰਡਨ ਪਹੁੰਚਦੇ ਆ ਸਾਡੇ ਬੱਚੇ ਇੱਥੋਂ ਜਾ ਸਕਦੇ ਆ ਤੇ ਪੜ ਕੇ ਇੱਥੇ ਆ ਵੀ ਸਕਦੇ ਆ ਵਾਪਸ ਕਿੰਨਾ ਕੁ ਟ੍ਰੇਡ ਦਾ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਹੋ ਸੇ ਜਾਂ ਦੇਸ਼ ਦੇ ਕਿਸਾਨਾਂ ਨੂੰ ਕਿੰਨਾ ਕੁ ਫਾਇਦਾ ਤੁਸੀਂ ਸਮਝਦੇ ਮੈਂ ਕਹਿੰਨੀ ਆ ਪੰਜਾਬ ਤਾਂ ਇੱਕ ਇੱਕ ਕਰੋੜਪਤੀ ਹੋ ਜਾਊਗਾ ਪੰਜਾਬ ਦਾ ਬੱਚਾ ਪੰਜਾਬ ਦੀ ਜਿਹੜੀ ਟ੍ਰੇਡ ਹੈ ਚਾਹੇ ਹਰ ਬੰਦੇ ਨੂੰ ਕੰਮ ਹੀ ਕੰਮ ਜਿਹਨੂੰ ਜੋ ਵੀ ਕੰਮ ਆਉਂਦਾ ਉਹਦੀ ਬੱਲੇ ਬੱਲੇ ਹੋ ਜਾਊਗਾ ਡਾਕਟਰ ਸਾਹਿਬ ਇੱਕ ਤੁਸੀਂ ਗੱਲ ਕਰ ਰਹੇ ਸੀ ਕਿ ਡਰੱਗ ਬਾਰੇ ਆਪਣੇ ਵੋਟਰਾਂ ਨੂੰ ਸਮਝਾ ਰਹੇ ਸੀ ਕਿ ਜੇ ਤੇ ਵਿਕਾਸ ਕਰਨਾ ਹੈ ਤੇ ਸਾਨੂੰ ਵੋਟ ਦੇ ਦਿਓ ਅਦਰਵਾਈਜ਼ ਤੁਹਾਨੂੰ ਲੱਗਦਾ ਕਿ ਅਜਿਹੇ ਹਾਂ ਦੇ ਮਾਹੌਲ ਕ੍ਰੀਏਟ ਹੋ ਸਕਦਾ ਜੇ ਕਿਸੇ ਕਿ ਜਿਹੜੇ ਨਸ਼ੇ ਦੀ ਗੱਲ ਤੁਸੀਂ ਕਰ ਰਹੇ ਹੋ ਕਿ ਨਸ਼ਾ ਵਿਕਣਾ ਸ਼ੁਰੂ ਹੋ ਜਾਏਗਾ ਉਹ ਤਾਂ ਹੋ ਹੀ ਗਈ ਕਿਉਂਕਿ ਕੰਮ ਹੀ ਇੱਕੋ ਚੱਲਿਆ 10 ਸਾਲਾਂ ਨਾਲ ਹੋਰ ਕੀ ਕੰਮ ਹੋਇਆ ਮਾਈਨਿੰਗ ਹੋਈ ਹੈ दारू ਵੀ ਕੀਤੀ ਹੈ ਨਸ਼ਾ ਨਸ਼ਾ ਵਧਿਆ ਨਸ਼ਾ ਪੁੱਛ ਲਓ ਸਾਰਿਆਂ ਨੂੰ ਹੋਰ ਕਿਹੜਾ ਕੰਮ ਚੱਲਿਆ ਮੈਨੂੰ ਦੱਸ ਦਿਓ ਕਿਹੜਾ ਕੰਮ ਚੱਲਿਆ ਕਿ ਤੁਸੀਂ ਡਾਕਟਰ ਬਸ ਜਿਹੜੇ ਡਾਕਟਰ ਬਣ ਜਾਂਦੇ ਆ ਥੋੜੇ ਮੋٹے ਉਹ ਡਾਕਟਰ ਬਣ ਜਾਂਦੇ ਆ ਉਹ ਵੀ ਅੱਜਕੱਲ ਬਾਹਰ ਚਲੇ ਜਾਂਦੇ ਆ ਉਹ ਕਹਿੰਦੇ ਸਾਨੂੰ ਤੰਗ ਬੜਾ ਕਰਦੇ ਆ ਸਾਡੀਆਂ ਡਿਊਟੀਆਂ ਬੜੀਆਂ ਲਾਂਦੇ ਆ ਹੈਨਾ ਕਿਉਂਕਿ ਥੋੜੇ ਰਹਿ ਗਏ ਤੇ ਬਾਕੀ ਆਪ ਦੇਖ ਲਓ ਵੀ ਕੰਮ ਕੀ ਹੈ ਕੀ ਕੰਮ ਦਿੱਤਾ ਸਰਕਾਰ ਨੇ ਕਰਨ ਨੂੰ ਕਾਲਜ ਨਿਕੰਮੇ ਅੱਜਕੱਲ ਤੇ ਕਾਲਜ ਖਾਲੀ ਪਏ ਆ ਸਾਰੇ ਕਿਉਂਕਿ ਡਿਗਰੀਆਂ ਝਾਲੀ ਆ ਉਹ ਡਿਗਰੀਆਂ ਇਹ ਜੀਆਂ ਜਿਨ੍ਹਾਂ ਦੀ ਡਿਗਰੀਆਂ ਨੂੰ ਲੈ ਕੇ ਫਿਰ ਉਹ ਜਦੋਂ ਜਾਉ ਨਾ ਬੱਚਾ ਬੜਾ ਖੁਸ਼ ਹੁੰਦਾ ਡਿਗਰੀ ਲੈ ਲਈ ਤੇ ਜਦੋਂ ਜਾਂਦਾ ਹੈ ਤੇ ਉਹ ਨੌਕਰੀ ਲੈਣ ਜਾਂਦਾ ਉਹਨੂੰ ਕਹਿੰਦੇ ਭੱਜਾ ਭੱਜਾ ਕਿਹੜੇ ਕਾਲਜ ਦੀ ਡਿਗਰੀ ਹੈ ਕਾਲਜ ਰੈਕਗਨਾਈਜ਼ਡ ਨਹੀਂ ਹੈ। ਕਿ ਮਜੀਠੀਆ ਨੂੰ ਅੱਜ ਬੇਲ 23 ਤਰੀਕ ਤੱਕ ਰਾਤ ਮਿਲ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ ਇਹ ਹਰ ਬੰਦੇ ਦਾ ਰਾਈਟ ਹੈ ਵੀ ਉਹਨੂੰ ਬੇਲ ਮਿਲੇ ਤੇ ਬੇਲ ਨਹੀਂ ਮਿਲੀ ਹਾਂ ਅਰੇਸਟ ਤੋਂ ਬੇਲ ਨਹੀਂ ਮਿਲੀ। ਨੀ ਰਾਹਤ ਮਿਲੀ ਉਹ ਬੈਡੀ ਗੱਲ ਹੈ bail ਨਹੀਂ ਮਿਲੀ ਬਹੁਤ ਵੱਡਾ ਕੇਸ ਹੈ ਉਹ ਦਾ एनडीपीएस ਐਕਟ ਦਾ bail ਨਹੀਂ ਉਹਨੂੰ ਮਿਲੀ ਇਹਦਾ ਮਤਲਬ ਬਹੁਤ ਜ਼ਿਆਦਾ ਸੰਗੀਨ ਜ਼ੁਰਮ ਹੈ ਪਰ ਰਾਹਤ ਮਿਲੀ ਹੈ ਕਿਉਂਕਿ ਅਗਲਾ ਇਲੈਕਸ਼ਨ ਫਾਈਟ ਕਰ ਰਿਹਾ ਹੈ ਅਗਲਾ ਕੁਝ ਵੀ ਐਸਾ ਤਾਂ ਵੀ ਮੈਨੂੰ ਰੈਸਟ ਤੋਂ ਰਾਹਤ ਦੇ ਦੋ ਜੁਡੀਸ਼ੀਅਲ ਕਸਟਡੀ ਤੋਂ ਨਹੀਂ ਮਿਲੀ ਜੁਡੀਸ਼ੀਅਲ ਨੂੰ ਜਾਣਾ ਪਊਗਾ ਕੁਐਸਚਨ ਆਨਸਰ ਕਰਨੇ ਪੈਣਗੇ ਅਲਟੀਮੇਟਲੀ ਉਹਨੇ ਜਾਣਾ ਜੇਲੀਏ ਉੱਜਨੀ ਮਰਜ਼ੀ ਤੇਰ ਬਾਹਰ ਦੀ ਹਵਾ ਖਾ ਲੇ ਠੀਕ ਹੈ ਨਾ ਜਿੰਨਾ ਮਰਜ਼ੀ ਆਕੜ ਲੇ ਉਹਨੂੰ ਜਾਣਾ ਐਂਡ ਵਿੱਚ ਥੀ ਪਊਗਾ ਮੈਡਮ ਤੁਸੀਂ ਪਿਛੇ ਵੀ ਗੱਲ ਕਰਦੇ ਸਿੱਧੂ ਸਾਹਿਬ ਨੇ ਵੀ ਇਸ ਬਾਰੇ ਕਿਹਾ ਸੀ ਖਾਸ ਕਰਕੇ ਖੇਤੀ ਬਾਰੇ ਤੁਸੀਂ ਹਮੇਸ਼ਾ ਗੱਲ ਕਰਦੇ ਹੋ ਤੁਹਾਡੇ ਹੁਣ ਵੀ ਪ੍ਰਚਾਰ ਦੇ ਵਿੱਚ ਸੁਣੀਏ ਤਾਂ ਤੁਸੀਂ ਇਸ ਨੂੰ ਕਿਉਂ ਜ਼ਰੂਰੀ ਮੰਨਦੇ ਹੋ ਜਦਕਿ ਸਰਕਾਰ ਇਸ ਪਾਸੇ ਧਿਆਨ ਨਹੀਂ ਦਿੰਦੀ ਜੀ ਮੈਂ ਡਾਕਟਰ ਹਿਮਾਚਲ ਮਿੰਤਾ ਕਰ ਰਿਹਾ ਹੈ ਰਾਜਸਥਾਨ ਅਲਾਉ ਕਰ ਰਿਹਾ ਹੈ ਹਰਿਆਣਾ ਅਲਾਉ ਕਰ ਰਿਹਾ ਹੈ ਕੈਨੇਡਾ ਕੇੰਦਰ ਕੈਨੇਡਾ ਤੇ ਅਮਰੀਕਾ ਕਹਿੰਦੇ ਸਾਨੂੰ ਭੇਜ ਦਿਓ ਇਹ ਦਵਾਈ ਹੈ ਭਾਈ ਅਸੀਂ ਡਾਕਟਰਾਂ 35 ਵੈਰਾਈਟੀਆਂ ਹੈ ਇੱਕ ਵੈਰਾਈਟੀ ਹੈ ਜਿਹੜੀ ਉਹ ਕਰਦੀ ਹੈ ਥੋੜਾ ਨਸ਼ਾ ਦਿੰਦੀ ਹੈ ਬਾਕੀ ਤਾਂ ਦਵਾਈਆਂ ਮੈਂ اوਪੀਓਮ ਅਸੇ ਯੂਜ਼ ਕਰਦੇ ਸੀਗੇ ਸਾਡੇ ਉਥੇ ਮੇ ਡਾਕਟਰ ਹੋਂਦੇ ਕੋਟੇ ਚ ਮਿਲਦੀ ਸੀ ਮੋਰਫੀਨ ਦੇ ਟੀਕੇ ਸੀ ਲਾਉਂਦੇ ਸੀ ਜਨਾਨੀਆਂ ਦੇ ਇੰਨੀ ਐਕਿਊਟ ਪੇਨ ਜਾਂਦੀਆਂ ਸੀ ਸਾਨੂੰ ਤਾਂ ਨੁਕਸਾਨ ਬਹੁਤ ਹੋਇਆ ਸੋ ਇਹ ਇਹਦੀ ਮੈਡੀਸਨਲ ਵੈਲਿਊ ਇੰਨੀ ਹੈ ਜਿਹੜੀ ਗਵਰਨਮੈਂਟ ਹੈ ਉਹ ਕੰਟਰੋਲ ਕਰੇ ਹਰ ਚੀਜ਼ ਕੰਟਰੋਲ ਕਰਨੀ ਪੈਂਦੀ ਹੈ ਕੋਈ ਵੀ ਚੀਜ਼ ਐਕਸੈਸ 'ਚ ਬੁਰੀ ਐ ਦਾਰੂ ਐਕਸੈਸ 'ਚ ਬੁਰੀ ਐ ਚਾਹ ਚਾਰ ਐਕਸੈਸ 'ਚ ਬੁਰੀ ਐ ਜੇ ਆਪਾਂ ਕਹੀਏ ਤਾਂ ਕੋਈ ਵੀ ਚੀਜ਼ ਐਕਸੈਸ 'ਚ ਬੁਰੀ ਐ ਸੋ ਉਹਨੂੰ ਕੰਟਰੋਲ ਕਰੋ ਉਹਨੂੰ ਬਾਹਰਲੀ ਕੰਟਰੀ 'ਚ ਮਾਰਕੀਟ ਕਰੋ ਤਾਂ 100 ਗੁਣਾ ਪ੍ਰੋਫਿਟ ਐ 100 ਕੀ ਐ ਨਹੀਂ ਲੜਨੀ ਤੋਂ ਲੱਗਦਾ ਕਿ ਅਗਲੀ ਵਾਰੀ ਇਸ ਬਾਰੇ ਤੁਸੀਂ ਪ੍ਰਪੋਜ਼ਲ ਲਿਆ ਸਰ ਦੇਖੋ ਡਾਕਟਰਸ ਲੈ ਕੇ ਆਣਗੇ ਮੈਂ ਕੈਨੇਡਾ ਤੋਂ ਡਾਕਟਰਸ ਬੁਲਾਏ ਅਮਰੀਕਾ ਤੋਂ ਡਾਕਟਰ ਬੁਲਾਇਆ ਉਹਨਾਂ ਨੇ ਆਪਣੀਆਂ ਸਟੱਡੀਜ਼ ਪੇਸ਼ ਕੀਤੀਆਂ ਕੈਨੇਡਾ ਨੇ ਕਿਉਂ ਲੀਗਲਾਈਜ਼ ਕੀਤੀ ਤੁਹਾਡੇ ਤੇ ਫਿਰ ਇਲਜ਼ਾਮ ਲੱਗਣਾ ਕਿ ਤੁਸੀਂ ਇੱਕ ਪਾਸੇ ਡਰਗ ਦੀ ਗੱਲ ਕਰਦੇ ਹੋ ਦੂਸਰੇ ਪਾਸੇ ਇੱਕ ਖਾਸ ਖਾਸ ਦੀ ਕਹਿੰਦੇ ਦੀ OPM ਦੀ ਗੱਲ ਕਰ ਰਹੇ ਬਾਗ ਬਾਬਾ ਉਹ ਐਡਿਕਟਿੰਗ ਹੈ ਉਹ ਮਾਰਦੀਆਂ ਨੇ ਇਹ ਬਚਾਉਂਦੀਆਂ ਨੇ ਲਾਈਫ ਸੇਵਿੰਗ ਮੈਡੀਸਨਲ ਡਰਗਸ ਨੇ ਇਹ ਕਨਵਰਟ ਅਨੂਇਨ ਟੂ ਮੈਡੀਸਨ ਉਹ ਦਵਾਈ ਹੈ ਉਹ ਤੋਂ ਤੁਹਾਨੂੰ ਪਤਾ ਵੀ ਨਹੀਂ ਕੀ ਹੈ ਉਹ ਤਾਂ ਚਿੱਟਾ ਪਾਊਡਰ ਹੈ ਉਹਦੇ ਵਿੱਚ ਕਿੰਨੇ ਤਾਂ ਟੈਲਕਮ ਪਾਊਡਰ ਹੈ ਕੋਈ ਕਲੀ ਦਾ ਪਾਊਡਰ ਪਾਈ ਜਾ ਰਿਹਾ ਤੁਹਾਨੂੰ ਇਹ ਹੀ ਨਹੀਂ ਪਤਾ ਕੀ ਹੈ ਟੀਕਾ ਲਾਂਦਾ ਤੇ ਬੰਦਾ ਮਰ ਰਿਹਾ ਕਿੰਨੀ ਅਮਾਉਂਟ ਹੈ ਕੀ ਹੈ ਡਾਕਟਰ ਤੋਂ ਵੀ ਨਹੀਂ ਲੈ ਰਿਹਾ ਹੈਨਾ ਉਹ ਤਾਂ ਨੀਰੀ ਡਰੱਗ ਹੈ ਮਨ ਤੁਸੀਂ ਬੜੇ ਤੁਹਾਡੇ ਤੋਂ ਲੋਕ ਇਹ ਉਮੀਦ ਕਰਦੇ ਸੁਲਝੇ ਪੋਲਿਟਿਸ਼ੀਅਨ ਤੁਸੀਂ ਤੇ ਸਿੱਧੂ ਸਾਹਿਬ ਤੇ ਨਿੱਜੀ ਲੜਾਈ ਦੇ ਵਿੱਚ ਤੁਸੀਂ ਪੈ ਗਏ ਹੋ ਕਿ ਮਜੀਠੀਆ ਸਾਹਿਬ ਉਧਰੋਂ ਬੋਲ ਦਿੰਦੇ ਉਧਰੋਂ ਤੁਸੀਂ ਤੁਹਾਡੇ ਤੋਂ ਤੇ ਲੋਕਾਂ ਹੀ ਲੋਕਾਂ ਨਾਲ ਗੱਲ ਕੀਤੀ ਉਹ ਕਹਿੰਦੇ ਨਿੱਜੀ ਮੁੱਦੇ ਨਹੀਂ ਹੋਣੇ ਚਾਹੀਦੇ ਡਿਵੈਲਪਮੈਂਟ ਦੇ ਔਰ ਤੁਸੀਂ ਹਮੇਸ਼ਾ ਡਿਵੈਲਪਮੈਂਟ ਦੇ ਮੁੱਦਿਆਂ ਦੀ ਪਹਿਲਾਂ ਗੱਲ ਕੀਤੀ ਅੱਜ ਕੱਲ ਨਹੀਂ ਕਰ ਰਹੇ ਕੀ ਕਰ ਰਹੇ ਹੈ ਜਿਆਦਾ ਤੁਹਾਡਾ ਫੋਕਸ ਇਹ ਹੈ ਕਿ ਨਿੱਜੀ ਬਿਆਨਬਾਜ਼ੀ ਜਿਆਦਾ ਹੋ ਰਹੀ ਹੈ ਮੈਂ ਇੰਨੀਆਂ ਗੱਲਾਂ ਕੀਤੀਆਂ ਮੈਨੂੰ ਦੱਸੋ ਮੈਂ ਕਿਹੜੀ ਨਿੱਜੀ ਗੱਲ ਕੀਤੀ ਮੈਂ ਨੀਆਂ ਗੱਲਾਂ ਕੀਤੀਆਂ ਮੈਨੂੰ ਇਹ ਪਤਾ ਇਨਆ ਚ ਰਹਿ ਕੇ ਵੀ ਇਹ ਚੋਰਾ ਕਰਕੇ ਲੋਕ ਵਾਪਸ ਚਲੇ ਜਾਂਦੇ ਆ ਸਾਰੇ ਦੇਸ਼ਾਂ ਦੇ ਈਵਨ ਜਿੰਨੇ ਐਨਆਰਆਈਸ ਬਾਹਰ ਗਏ ਆ ਉਹ ਆਪਣਾ ਪੈਸਾ ਇੱਥੇ ਰੱਖਣਾ ਚਾਹੁੰਦੇ ਆ ਪਰ ਤੁਸੀਂ ਉਹਨਾਂ ਦੀਆਂ ਜ਼ਮੀਨਾਂ ਜੇ ਦੱਬੋਗੇ ਖਾਓਗੇ ਉਹ ਕਿਉਂ ਖਰੀਦਣਗੇ ਇੱਥੇ ਉਹਨਾਂ ਨੂੰ ਬਾਹਰ ਟੈਕਸਸ ਦੇਣੇ ਪੈਂਦੇ ਆ ਜਿਹੜੇ ਬਾਹਰ ਪੈਸਾ ਕਮਾਉਂਦੇ ਆ ਬਹੁਤ ਹਾਈ ਟੈਕਸਸ ਹੈ 68% टैक्स ਹੈ ਮਤਲਬ ਜੇ ਤੁਸੀਂ 100 ਰੁਪਏ ਕਮਾਨੇ ਹੋ ਤਾਂ 60 ਰੁਪਏ ਤੁਹਾਨੂੰ ਜਮ੍ਹਾਂ ਕਰਾਉਣਾ ਪੈਂਦਾ ਹੈ ਉਹ ਇੱਥੇ ਪੰਜਾਬ ਚ ਕਿਉਂ ਨਾ ਪੈਸਾ ਲਾਂਚ ਆਵੇ ਬਾਹਰ ਚਲੇ ਗਏ ਉਹ ਤੇ ਵੀ ਤੁਸੀਂ ਕਿਉਂਕਿ ਸੇਫ ਨਹੀਂ ਹੈ ਇਹ ਸਿਹਦਾਰੀ ਤੁਸੀਂ ਕਹਿੰਦੇ 30% ਦੀ ਸਾ ਮੰਗਦੇ ਨੇ ਇਹ ਸਿਸਟਮ ਨੂੰ ਤੇ ਬਦਲਣਾ ਤੁਸੀਂ ਹਮੇਸ਼ਾ ਗੱਲ ਕਰਦੇ ਹੋ ਨਾ ਦੇਖੋ ਇਹ ਹੁਣ ਉਹਨਾਂ ਦੇ ਸੁਖਬੀਰ ਤੇ ਮਜੀਠੇ ਤੇ ਗੈ ਨਾਲ ਘਟਿਆਤਾ ਹੈ ਤਾਈ ਤੱਕ ਕੋਈ ਨਾ ਕੋਈ ਕੰਪਨੀਆਂ ਦਿਖ ਰਹੀਆਂ ਆ ਰਹੀਆਂ ਦਿਖਤਾ ਰਹੀਆਂ ਗੱਲ ਤਾਂ ਕਰ ਰਹੀਆਂ ਵੀ ਆਂਦੀਆਂ ਪਰ ਉਹਨਾਂ ਨੂੰ ਸ਼ੋਰਟੀ ਚਾਹੀਦੀ ਹੈ ਵੀ ਦੁਆਰਾ ਇਹ ਠੱਗ ਨਾ ਆ ਜਾਣ ਕਿ ਕੋਈ ਤਾਂ ਗਾਲੀ ਨਹੀਂ ਕਰਦਾ ਉਹਦਾ ਸੱਤ ਸਾਰਾ ਹੋਟਲ ਤਾਂ ਬਣ ਗਿਆ ਹੋਰ ਕਿਸੇ ਦਾ ਤਾਂ ਬਣ ਨਹੀਂ ਸਕਦਾ ਹੋਰ ਕਿਸੇ ਦੀ ਫਾਈਲ ਤਾਂ ਕਲੀਅਰ ਨਹੀਂ ਹੁੰਦੀ ਹੈਨਾ ਉਂ ਕਹਿੰਦੇ ਅਸੀਂ ਐਡਵਾਂਸ ਚ ਜੀ ਨੇ ਪੈਸੇ ਦਿੰਨਿਆ ਬੱਚਿਆਂ ਨੂੰ ਕੰਮ ਕਰਨ ਦੇ ਕਿਹੜੇ ਬੱਚਿਆਂ ਨੂੰ ਕੰਮ ਕਰਨ ਲਈ ਦਿੱਤਾ ਕਿਹੜੇ ਬੱਚਿਆਂ ਮੈਨੂੰ ਇੱਕ ਵੀ ਦੁਕਾਨ ਦਿਖਾ ਦਿਓ ਜਿਹੜੀ ਕਿਸੇ ਮੁੰਡੇ ਨੂੰ ਦਿੱਤੀ ਹੋਵੇ ਜਿਹੜੇ ਪੈਸੇ ਜਿਹਦੇ ਨਾਲ ਉਹਨੇ ਦੁਕਾਨ ਖੋਲੀ ਹੋਵੇ ਹੈ ਲੋਨ ਲਈ ਤਾਂ ਤੁਹਾਡੇ ਘਰੇ ਇੱਕ ਘਰ ਨੂੰ ਤਾਲੇ ਲਾਣਾ ਜਾਂਦੇ ਆ ਕਿਹੜਾ ਲੋਨ ਲੋਨ ਕੋਆਪਰੇਟਿਵ ਲੋਨ ਹੁੰਦਾ ਹੈ ਕਲੋਨ ਨਹੀਂ ਹੁੰਦਾ ਵੀ 1 ਲੱਖ ਦਾ ਲੋਨ ਲੁੱਤਾ ਮੁੜ ਕੇ ਬੰਦਾ 2 ਮਹੀਨੇ ਬਾਅਦ 2 ਲੱਖ ਮੰਗਣ ਲੱਜ ਜਾਂਦਾ ਤੁਹਾਡੇ ਤੋਂ ਸੋ ਇਹ ਸਰਕਾਰੀ ਸਾਰਾ ਹੋਣਾ ਚਾਹੀਦਾ ਹੈ ਤਾਂ ਕਿ ਸਰਕਾਰੀ ਕਲੈਰਿਟੀ ਹੋਵੇ ਬੰਦੇ ਨੂੰ ਅੱਜ ਅੱਜ ਜਿਹੜੀ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਉਸ ਦੇ ਵਿੱਚ ਕੁਝ ਜੌਬਸ ਦੀ ਗੱਲ ਕੀਤੀ ਹੈ ਕਿ ਕੁੱਲੀਆਂ ਜੌਬਸ ਜਿਹੜੀਆਂ ਮਿਲਣਗੀਆਂ ਔਰ ਤੋਂ ਲੱਗਦਾ ਹੈ ਕਿ ਇਨਫਰਾਸਟ੍ਰਕਚਰ ਪੰਜਾਬ ਦਾ ਹੈ ਇਸ ਤਰ੍ਹਾਂ ਦਾ ਜਿਹੱਚ ਜੌਬ ਬੱਚਿਆਂ ਨੂੰ ਮਿਲ ਸਕਦੀ ਹੈ ਜੀ ਕੈਲਕੂਲੇਟ ਕਰਕੇ ਦਿਤਤੀ ਹੈ ਹਿਸਾਬ ਲਾ ਕੇ ਦਿਤਤੀ ਹੈ ਜਿੰਨੀ ਮਾਈਨਿੰਗ ਹੁੰਦੀ ਹੈ ਜਿੰਨੀਆਂ ਮਾਈਨਿੰਗ ਦੇ ਸੈਂਟਰ ਹੈਗੇ ਜਿੰਨੀਆਂ दारू ਦੇ ਸੈਂਟਰ ਹੈਗੇ ਜਿੰਨੀਆਂ ਬਸਾਂ ਪੰਜਾਬ ਚ ਚੱਲਦੀਆਂ ਨੇ ਉਹ ਜੇ ਸਰਕਾਰੀ ਹੋ ਜਾਣ ਉਹਨਾਂ ਚੰਨੇ ਬੱਚੇ ਲੱਗਣਗੇ ਉਹਦੀ ਮਾਈਨਿੰਗ ਦੀ ਕਾਰਪੋਰੇਸ਼ਨ ਬਣੂਗੀ ਸਰਕਾਰੀ ਰੇਤਾ ਹੋਗਾ ਹਜ਼ਾਰ ਰੁਪਏ ਟਰਾਲੀ ਆਉਗੀ ਟਰਾਲੀ ਚਲਾਊਗਾ ਬੰਦਾ ਉਥੋਂ ਰੇਤਾ ਕੱਢੂਗਾ ਬਿਜਲੀ ਦਾ ਮੀਟਰ ਲਾਊਗਾ ਇੰਝ حساب ਲਗਾ ਕੇ ਕੈਲਕੂਲੇਟ ਕੀਤਾ ਹੈ ਵੀ ਘੱਟ ਤੋਂ ਘੱਟ 5 ਲੱਖ ਬੰਦਾ ਇੱਕ ਸਾਲ ਚ ਇੰਪਲੋਏ ਹੋ ਜਾਏਗਾ ਤਾਂ ਤੁਹਾਡਾ ਫਿਰ ਫੋਕਸ ਇਸਰ ਜੋਬ ਦੇ ਉੱਤੇ ਹੀ ਸਰਕਾਰ ਦੇ ਥੈਂਕ ਯੂ ਜੀਤਨ ਡਾਕਟਰ ਨਵਜੋਤ ਕੋਰ ਸਿੱਧੂ ਆਪਣੇ ਛੇਰ ਪਰਚੀ ਦੇ ਅੰਦਾਜ਼ ਦੇ ਵਿੱਚ ਇਹਨਾਂ ਨੇ ਕਿਹਾ ਕਿ ਅਲਟੀਮੇਟਲੀ ਬਿਕਰਮ ਮਜੀਠੀਆ ਨੇ ਜੇਲ੍ਹ ਦੇ ਵਿੱਚ ਹੀ ਜਾਣਾ ਹੈ ਉਹਨਾਂ ਨੂੰ ਜਮਾਨਤ ਨਹੀਂ ਮਿਲੀ ਕੋਈ ਸਮਝ ਇਹ ਰਾਹਤ ਮਿਲਿਆ ਚੋਣ ਲੜਨ ਦੀ ਜੋ ਉਹਨਾਂ ਦਾ ਕਾਨੂੰਨੀ ਹੱਕ ਹੈ ਤਾਂ ਨਾਲ ਹੀ ਉਹਨਾਂ ਨੇ ਇੱਕ ਹੋਰ ਵੱਡੀ ਗੱਲ ਕਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖਸਕਸ ਦੀ ਖੇਤੀ ਜਿਹੜੀ ਹੈ ਇਹ ਲੀਗਲਾਈਜ਼ ਪੰਜਾਬ ਦੇ ਵਿੱਚ ਕਰ ਦੇਣੀ ਚਾਹੀਦੀ ਹੈ ਇਹਦਾ ਚੋਣ ਪ੍ਰਚਾਰ ਨਵਜੋਤ ਕੋਰ ਸਿੱਧੂ ਨਵਜੋਤ ਸਿੰਘ ਸਿੱਧੂ ਦਾ ਸੰਭਾਲੇ ਹੋਏ ਨੇ ਨਵਜੋਤ ਕੋਰ ਸਿੱਧੂ ਦੇ ਮੋਢਿਆਂ ਤੇ ਪਾ ਰਹੇ ਇਸ ਹਲਕੇ ਤੋਂ ਵਿਧਾਇਕ ਵੀ ਰਹੇ ਨੇ ਤਾਂ ਹਲਕਾ ਪੂਰਬੀ ਦੇ ਵਿੱਚ ਜਿਹੜੀ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਨਵਜੋਤ ਕੋਰ ਸਿੱਧੂ ਨਵਜੋਤ ਸਿੰਘ ਸਿੱਧੂ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ बी पी सांजा अमृतसर